Z5 ऐप डाउनलोड करो ते देखो पूरे एपिसोड बिल्कुल फ्री। हाँ जी डिंपी जी, दसो अपनी दिलेरी की कहानी। ਕਿੱਥੋਂ ਲਿਆਉਂਦੇ ਤੁਸੀਂ ਇੰਨੀ ਹਿੰਮਤ? ਜ਼ੁਲਮ ਨਾਲ ਟਕਰਾਉਣ ਦਾ ਤੁਹਾਨੂੰ ਸ਼ੌਂਕ ਹੀ ਆ ਜਾਂ ਬਸ ਚਰਚਾ 'ਚ ਆਉਣ ਲਈ ਇਹ ਸਭ ਕਰ ਰਹੇ ਹੋ? ਕੌਣ ਤੁਸੀਂ? ਸਾਡੇ ਤੋਂ ਪੁੱਛ ਰਿਹਾ ਵੀ ਅਸੀਂ ਕੌਣ ਆ? ਪੂਰਾ ਮੋਹਾਲੀ ਜਾਣਨਾ ਚਾਹੁੰਦਾ ਡਿੰਪੀ ਜੀ, ਜਵਾਬ ਦਿਓ। ਹੁਣ ਹੋਏਗਾ ਅਸਲੀ ਡਰਾਮਾ। ਦੱਸੋ ਉਹਨਾਂ ਨੂੰ ਕਿਉਂ ਕਰਵਾਇਆ ਤੁਸੀਂ ਐਮਐਲਏ ਦੇ ਮੁੰਡੇ ਨੂੰ ਅੰਦਰ? ਕੋਈ ਖਾਸ ਵਜ੍ਹਾ? ਸਮਾਜ ਸੇਵਾ ਕਰਕੇ ਜਾਂ ਫਿਰ ਤੁਹਾਡਾ ਕੋਈ ਪਰਸਨਲ ਰੀਜ਼ਨ ਸੀਗਾ? ਕਿਤੇ ਲਾਈਮਲਾਈਟ 'ਚ ਆਉਣ ਲਈ ਤਾਂ ਨਹੀਂ ਤੁਸੀਂ ਇਹ ਸਭ ਕੀਤਾ? ਚੁੱਪ ਕਿਉਂ ਡਿੰਪੀ ਜੀ, ਜਵਾਬ ਦਿਓ। ਇਹ ਕੀ ਕਹਿ ਰਹੇ ਹੋ ਤੁਸੀਂ? ਨਾਲੇ ਮੈਂ ਕਿਸੇ ਨੂੰ ਕੋਈ ਇੰਟਰਵਿਊ ਨਹੀਂ ਦੇਣਾ। ਤੇ ਪਹਿਲੀ ਗੱਲ, ਤੁਹਾਨੂੰ ਪਤਾ ਹੈ ਕਿ ਕਿਸੇ ਦੇ ਘਰ ਵਿਦਆਊਟ ਪਰਮਿਸ਼ਨ ਆਉਣਾ ਤੇ ਉਹਨਾਂ ਦੀ ਪ੍ਰਾਈਵੇਸੀ ਨੂੰ ਭੰਗ ਕਰਨਾ ਕਾਨੂੰਨਨ ਜੁਰਮ ਹੈ। ਡਿੰਪੀ ਜੀ ਬਿਲਕੁਲ ਠੀਕ ਕਹਿ ਰਹੇ ਨੇ, ਤੁਸੀਂ ਇੱਥੋਂ ਜਾਓ ਵਰਨਾ ਮੈਂ ਪੁਲਿਸ ਬੁਲਾ ਲਾਂਗਾ। ਆਪ ਪੁਲਿਸ ਦੀਆਂ ਧਮਕੀਆਂ ਨਾ ਉਹਨਾਂ ਨੂੰ ਦਿਓ ਜਿਨ੍ਹਾਂ ਦਾ ਕਦੀ ਪੁਲਿਸ ਵਾਲਿਆਂ ਨਾਲ ਵਾਹ ਨਾ ਪਿਆ ਹੋਵੇ। ਨਾਲੇ ਵੈਸੇ ਵੀ ਪੁਲਿਸ ਵਾਲਿਆਂ ਨੂੰ ਤੁਸੀਂ ਕੀ ਕਹੋਗੇ? ਪੁਲਿਸ ਵਾਲਿਆਂ ਨੇ ਉਲਟਾ ਤੁਹਾਨੂੰ ਪੁੱਛਣਾ ਵੀ ਆਪ ਹੀ ਤੁਸੀਂ ਬੁਲਾ ਕੇ ਉਲਟਾ ਆਪ ਹੀ FIR ਉਹਨਾਂ ਤੇ ਕਰਵਾ ਰਹੇ ਹੋ, ਕੀ ਜਵਾਬ ਦੋਗੇ ਉਹਨਾਂ ਨੂੰ? ਖੁਦ ਹੀ ਬੁਲਾ ਕੇ? ਮਤਲਬ ਅਸੀਂ ਕਦੋਂ ਬੁਲਾਇਆ ਤੁਹਾਨੂੰ? ਸਰ ਜੇ ਤੁਸੀਂ ਨਹੀਂ ਨਾ ਬੁਲਾਇਆ ਤਾਂ ਆ ਮੈਡਮ ਨੇ ਤਾਂ ਬੁਲਾਇਆ ਹੀ ਆ ਸਾਨੂੰ, ਪੁੱਛੋ ਇਹਨਾਂ ਨੂੰ ਤੁਸੀਂ। ਹੁਣ ਬਣੀ ਨਾ ਗੱਲ, ਅੱਜ ਡਿੰਪੀ ਉੱਥੇ ਹੀ ਖੜੀ ਹੈ ਜਿੱਥੇ ਮੈਂ ਖੜੀ ਸੀ ਕੱਲ। ਗਿਣ ਗਿਣ ਕੇ ਬਦਲੇ ਲੂੰਗੀ ਮੈਂ ਡਿੰਪੀ, ਇਹਨੂੰ ਬਸ ਹੁਣ ਸ਼ੁਰੂਆਤ ਹੀ ਸਮਝੀ। ਮੈਂ ਬੁਲਾਇਆ? ਪਰ ਮੈਂ ਤੁਹਾਨੂੰ ਕਿਉਂ ਬੁਲਾਉਂਗੀ ਇੱਥੇ? ਹਾਂ ਜੇ ਮੈਂ ਬੁਲਾਉਣਾ ਵੀ ਹੋਇਆ ਤਾਂ ਇੱਥੇ ਘਰ 'ਚ ਕਿਉਂ ਬੁਲਾਉਂਗੀ? ਕੀ ਹੈ ਸਭ ਗੁਨੀਤ, ਆ ਖੁਸ਼ੀਆਂ ਲੈ ਕੇ ਆਈ ਹੈ ਤੂੰ? ਕੀ ਕਹਿ ਰਹੇ ਨੇ ਇਹ? ਦੀਪ, ਇਹ ਝੂਠ ਬੋਲ ਰਹੇ ਨੇ। ਸਹੀ ਕਹਿ ਰਹੇ ਅਸੀਂ ਸਰ, ਸਾਨੂੰ ਬੁਲਾਇਆ ਗਿਆ ਇੱਥੇ, ਤਾਂ ਹੀ ਤਾਂ ਅਸੀਂ ਇੱਥੇ ਆਏ ਹਾਂ। ਵੈਸੇ ਅਸੀਂ ਤਾਂ ਖਰੜ ਚਲੇ ਸੀ ਐਕਸੀਡੈਂਟ ਦੀ ਕਵਰੇਜ ਕਰਨ ਦੇ ਲਈ, ਤੇ ਸਾਨੂੰ ਇਹ ਕਿਹਾ ਗਿਆ ਕਿ MLA ਦੇ ਬੇਟੇ ਤੋਂ ਵੀ ਵੱਡੀ ਖਬਰ ਅੱਜ ਦੇ ਟਾਈਮ 'ਚ ਇੱਥੇ, ਤਾਂ ਕਰਕੇ ਅਸੀਂ ਆ ਗਏ। ਇਹ ਤੁਸੀਂ ਕੀ ਬੋਲੀ ਜਾ ਰਹੇ? ਤੁਸੀਂ ਸੱਚੀ ਮੇਰਾ ਯਕੀਨ ਕਰੋ, ਮੈਂ ਤਾਂ ਇਹਨਾਂ ਨੂੰ ਦੇਖਿਆ ਹੀ ਪਹਿਲੀ ਵਾਰ ਹੈ। ਮੈਂ ਤੁਹਾਨੂੰ ਕਦ ਬੁਲਾਇਆ, ਕਦ ਫੋਨ ਕੀਤਾ ਮੈਂ ਤੁਹਾਨੂੰ? Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।